ਬਾਈ ਬੇਇੱਜ਼ਤੀ ਇੰਨਾ ਕੋਈ ਗੱਲ ਨੀ ਕਰੀ ਜਾਂਦੀ ਚਲੋ ਗਾਹ ਗਲਤੀ ਨਹੀਂ ਹੁੰਦੀ ਜਾਣ ਦੋ ਕਿਸੇ ਨੂੰ ਪਰ ਕੀ ਹੈ ਗੁੱਸਾ ਤੁਹਾਨੂੰ ਪਤਾ ਕਰੋੜ ਤੋਂ ਬਾਅਦ ਮਾੜਾ ਹੁੰਦਾ ਵਾ ਬਾਬਾ ਜੀ ਕੋਈ ਗੱਲ ਨੀ ਆਰਾਮ ਨਾਲ ਗੱਲ ਕਰ ਲਓ ਚਲੋ ਛੱਡੇ ਜਰਾ ਬਾਬਾ ਜੀ ਮੇਰੀ ਸੁਣ ਲਾ ਗੱਲ ਭਾਊ ਤੇਰੇ ਮੂੰਹ ਚੋਂ ਮੈਂ ਭੂਤ ਮਾਰ ਲਿਆ ਕੀ ਲੈਣ ਦੇ ਭਰਾ ਬਾਹਰ ਫਿਰੇ ਨੂੰ ਲੈ ਲਿਆ ਬਾਬਾ ਕੋਈ ਗੱਲ ਨਹੀਂ ਸੱਤਵੇਂ ਆਸਮਾਨ ਤੇ ਚੜਿਆ ਨਿਹੰਗ ਸਿੰਘ ਦਾ ਪਾਰਾ। ਇੱਕ ਪਰਿਵਾਰ ਦੇ ਨਾਲ ਗਾਲੀ ਗਲੋਚ ਕਰਦਾ ਨਜ਼ਰ ਆ ਰਿਹਾ ਬਟਾਲਾ ਦੇ ਵਰਮਾ ਪਰਿਵਾਰ ਦੇ ਨਾਲ ਤੂੰ ਤੂੰ ਮੈਂ ਮੈਂ ਹੋ ਗਈ ਨੌਜਵਾਨ ਦੇ ਨਾਲ ਨਿਹੰਗ ਸਿੰਘ ਦੀ ਤਿੱਖੀ ਬਹਿਸ ਹੋਈ ਹੈ। ਔਰ ਵੀਡੀਓ ਦੇ ਵਿੱਚ ਵਰਮਾ ਆਪਣਾ ਹੱਥ ਵੀ ਦਿਖਾ ਰਿਹਾ ਜਿਸ 'ਤੇ ਹਮਲਾ ਕੀਤਾ ਗਿਆ। ਫਿਲਹਾਲ ਇਹ ਮਾਮਲਾ ਕੀ ਹੈ ਇਸ ਬਾਰੇ ਖੁਲਾਸਾ ਨਹੀਂ ਹੋਇਆ, ਪਰ ਵਰਮਾ ਪਰਿਵਾਰ ਜੋ ਕਿ ਬਟਾਲੇ ਦਾ ਹੈ ਉਸ ਦੇ ਨਾਲ ਨਿਹੰਗ ਸਿੰਘ ਦੀ ਤਿੱਖੀ ਬਹਿਸ ਹੋਈ ਹੈ। ਹਾਲਾਂਕਿ ਬਾਕੀ ਦੇ ਲੋਕਾਂ ਦੇ ਵੱਲੋਂ ਨਿਹੰਗ ਸਿੰਘ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਆਪੇ ਤੋਂ ਬਾਹਰ ਹੋਇਆ। ਨਿਹੰਗ ਸਿੰਘ ਉਹਨਾਂ ਦੇ ਨਾਲ ਗਾਲੀ ਗਲੋਚ ਕਰਨ ਲੱਗਾ, ਉਹਨਾਂ ਨੂੰ ਖਰੀਆਂ ਖਰੀਆਂ ਸੁਣਾਉਣ ਲੱਗਿਆ। ਕਿਸੇ ਨੇ ਮੋਬਾਈਲ ਫੋਨ ਦੇ ਵਿੱਚ ਇਹ ਪੂਰੀ ਵੀਡੀਓ ਕੈਦ ਹੋਈ ਹੈ। ਕਿਸ ਤਰੀਕੇ ਦੇ ਨਾਲ ਨਿਹੰਗ ਸਿੰਘ ਗੁੱਸੇ ਦੇ ਵਿੱਚ ਹੈ, ਵਰਮਾ ਪਰਿਵਾਰ ਦੇ ਨਾਲ ਤੂੰ ਤੂੰ ਮੈਂ ਕਰਕੇ ਉਹਨਾਂ ਦੇ ਨਾਲ ਗਾਲੀ ਗਲੋਚ ਕਰਦਾ ਹੋਇਆ ਨਜ਼ਰ ਆ ਰਿਹਾ ਔਰ ਸਿੱਧੇ ਤੌਰ 'ਤੇ ਧਮਕੀ ਵੀ ਇਸ ਵੀਡੀਓ ਦੇ ਵਿੱਚ ਦਿੱਤੀ ਹੋਈ ਨਜ਼ਰ ਆ ਰਹੀ ਹੈ। ਬਾਬਾ ਜੀ ਬੇਇੱਜ਼ਤੀ ਇੰਨਾ ਕੋਈ ਗੱਲ ਨਹੀਂ ਕਰੀ ਜਾਂਦੀ ਚਲੋ ਗਾਹ ਗਲਤੀ ਨਹੀਂ ਹੁੰਦੀ ਜਾਣ ਦੋ ਕਿਸੇ ਨੂੰ ਪਰ ਕੀ ਹੈ ਗੁੱਸਾ ਤੁਹਾਨੂੰ ਪਤਾ ਕਰੋੜ ਤੋਂ ਬਾਅਦ ਮਾੜਾ ਹੁੰਦਾ ਵਾ ਬਾਬਾ ਜੀ ਕੋਈ ਗੱਲ ਨੀ ਆਰਾਮ ਨਾਲ ਗੱਲ ਕਰ ਲਓ ਚਲੋ ਛੱਡੇ ਜਰਾ ਬਾਬਾ ਜੀ ਹੋਇਓ ਮੇਰੀ ਸੁਣ ਲਾ ਗੱਲ ਭਾਊ ਤੇਰੇ ਮੂੰਹ ਚੋਂ ਮੈਂ ਭੂਤ ਮਾਰ ਲਿਆ ਕੀ ਲੈਣ ਦੇ ਭਰਾ ਬਾਹਰ ਫਿਰੇ ਨੂੰ। ਸੱਤਵੇਂ ਆਸਮਾਨ ਤੇ ਚੜਿਆ ਨਿਹੰਗ ਸਿੰਘ ਦਾ ਪਾਰਾ। ਇੱਕ ਪਰਿਵਾਰ ਦੇ ਨਾਲ ਗਾਲੀ ਗਲੋਚ ਕਰਦਾ ਨਜ਼ਰ ਆ ਰਿਹਾ ਬਟਾਲਾ ਦੇ ਵਰਮਾ ਪਰਿਵਾਰ ਦੇ ਨਾਲ ਤੂੰ ਤੂੰ ਮੈਂ ਹੋ ਗਈ ਨੌਜਵਾਨ ਦੇ ਨਾਲ ਨਿਹੰਗ ਸਿੰਘ ਦੀ ਤਿੱਖੀ ਬਹਿਸ ਹੋਈ ਹੈ। ਔਰ ਵੀਡੀਓ ਦੇ ਵਿੱਚ ਵਰਮਾ ਆਪਣਾ ਹੱਥ ਵੀ ਦਿਖਾ ਰਿਹਾ ਜਿਸ 'ਤੇ ਹਮਲਾ ਕੀਤਾ ਗਿਆ। ਫਿਲਹਾਲ ਇਹ ਮਾਮਲਾ ਕੀ ਹੈ ਇਸ ਬਾਰੇ ਖੁਲਾਸਾ ਨਹੀਂ ਹੋਇਆ, ਪਰ ਵਰਮਾ ਪਰਿਵਾਰ ਜੋ ਕਿ ਬਟਾਲੇ ਦਾ ਹੈ ਉਸ ਦੇ ਨਾਲ ਨਿਹੰਗ ਸਿੰਘ ਦੀ ਤਿੱਖੀ ਬਹਿਸ ਹੋਈ ਹੈ। ਹਾਲਾਂਕਿ ਬਾਕੀ ਦੇ ਲੋਕਾਂ ਦੇ ਵੱਲੋਂ ਨਿਹੰਗ ਸਿੰਘ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਆਪੇ ਤੋਂ ਬਾਹਰ ਹੋਇਆ। ਨਿਹੰਗ ਸਿੰਘ ਉਹਨਾਂ ਦੇ ਨਾਲ ਗਾਲੀ ਗਲੋਚ ਕਰਨ ਲੱਗਾ, ਉਹਨਾਂ ਨੂੰ ਖਰੀਆਂ ਖਰੀਆਂ ਸੁਣਾਉਣ ਲੱਗਿਆ। ਕਿਸੇ ਨੇ ਮੋਬਾਈਲ ਫੋਨ ਦੇ ਵਿੱਚ ਇਹ ਪੂਰੀ ਵੀਡੀਓ ਕੈਦ ਹੋਈ ਹੈ। ਕਿਸ ਤਰੀਕੇ ਦੇ ਨਾਲ ਨਿਹੰਗ ਸਿੰਘ ਗੁੱਸੇ ਦੇ ਵਿੱਚ ਹੈ, ਵਰਮਾ ਪਰਿਵਾਰ ਦੇ ਨਾਲ ਤੂੰ ਤੂੰ ਮੈਂ ਕਰਕੇ ਉਹਨਾਂ ਦੇ ਨਾਲ ਗਾਲੀ ਗਲੋਚ ਕਰਦਾ ਹੋਇਆ ਨਜ਼ਰ ਆ ਰਿਹਾ ਔਰ ਸਿੱਧੇ ਤੌਰ 'ਤੇ ਧਮਕੀ ਵੀ ਇਸ ਵੀਡੀਓ ਦੇ ਵਿੱਚ ਦਿੱਤੀ ਹੋਈ ਨਜ਼ਰ ਆ ਰਹੀ ਹੈ।